ਵਾਸਤਾ ਕਹਿਣ ਜਾ ਰਿਹਾ ਦਾਸ ਗੁਰੂ ਯਾਤਰਾ ਕਰਦੀ ਹੈ ਜਾਂਦੀ ਹੈ ਜੇ ਬੱਚਾ ਯਾਤਰਾ ਕਰਦਾ ਕਰਦਾ
ਕਿੰਨਾ ਪਵਿੱਤਰ ਸਮਝਿਆ ਜਾਂਦਾ ਹੈ। ਇਹਦੇ ਜਾਖੜਾ ਕਰਨੀ ਜਾਂ ਵੱਟਾ ਬਣਾ ਦੇ ਵਿੱਚ ਵਿਗਾੜ ਵਿਅਕਤੀ ਆ ਜਾਂਦਾ। ਇਹ ਸੰਗਤ ਦਾ ਪ੍ਰਭਾਵ ਹੈ ਜਦੋਂ ਮਾੜੇ ਪਾਸੇ ਵੀ ਗਿਰਾਵਟ ਆ ਸਕਦੀ ਹੈ, ਚੰਗੇ ਪਾਸੇ ਵੀ ਆ ਸਕਦੀ ਹੈ। ਵਿਅਕਤੀ ਵਿੱਚ ਵੀ ਵਿਅਕਤੀ ਹੁੰਦੀ, ਜਿੱਥੇ ਸ਼ਹਿਰ ਨਸ਼ੇ ਹਾਲਾਤ ਆ ਉੱਥੇ ਇਹ ਟਾਈਮ 'ਤੇ ਜੰਗਲੀ ਜੰਗਲ ਹੋ ਗਏ। ਉਹ ਗੰਦਾ ਕਹਿ ਲੈ ਕੇ ਅਸੀਂ ਕੀਤਾ, ਉਸੇ ਤਰ੍ਹਾਂ ਗੰਦਾ ਕਰ ਦੇਈਏ, ਉਹ ਕਾਪੂ ਦਾ ਗੰਦਾ ਕਰ ਦੇਈਏ। ਇਸ ਕਰਕੇ ਅਸੀਂ ਗੰਦਾ ਕਰ ਰਹੇ ਹਾਂ। ਜੇ ਅਸੀਂ ਗੰਦਾ ਕਰਦੇ ਹਾਂ ਤਾਂ ਸਾਡਾ ਜਨਮ ਸੱਭਿਆਚਾਰ ਅਧਿਕਾਰ ਹੈ ਘਰ ਨੂੰ ਸ਼ੁੱਧ ਵੀ ਕਰਨਾ ਹੈ, ਬਾਥਰੂਮ ਨੂੰ ਸ਼ੁੱਧ ਨਹੀਂ ਕਰਨਾ। ਵਰਤ ਗਏ ਤਾਂ ਅਸੀਂ ਥੋੜ੍ਹਾ ਵੀ ਵਰਤ ਲਿਆ ਸੀ। ਇਸੇ ਕਰਕੇ ਅਸੀਂ ਇਹਨੂੰ ਵਰਤ ਰਹੇ ਹਾਂ, ਇਹਨਾਂ ਦੀ ਲੱਕੜ ਵਰਤ ਰਹੇ ਹਾਂ, ਇਹਨਾਂ ਦੇ ਪੱਤੇ ਅਸੀਂ ਵਰਤ ਰਹੇ ਹਾਂ। ਆਯੁਰਵੇਦ ਦੇ ਵਿੱਚ ਨੇਕ ਦਵਾਈਆਂ ਵਰਤ ਜਾਂਦੀਆਂ, ਕਾਫ਼ੀ ਜਿਹੜੀ ਜੜੀਆਂ ਬੂਟੀਆਂ ਸਾਡੀਆਂ ਸਮਾਪਤ ਹੋ ਚੁੱਕੀਆਂ, ਮੈਦਾਨੀ ਇਲਾਕੇ ਦੀ, ਰੇਤਲੇ ਇਲਾਕੇ ਦੀਆਂ ਅਤੇ ਪਹਾੜੀ ਇਲਾਕੇ ਦੀਆਂ ਅਜੇ ਜੜੀਆਂ ਬੂਟੀਆਂ ਸੰਭਾਲ ਚੁੱਕੀਆਂ। ਜੜੀਆਂ ਬੂਟੀਆਂ ਨਸ਼ਟ ਹੋ ਚੁੱਕੀਆਂ, ਲੋਕਾਂ ਜਿਹੜਾ ਸਪਰੇਅ ਕੀਤਾ ਜਾਂਦਾ ਹੈ ਇਹਦੇ ਨਾਲ ਜੜੀ ਬੂਟੀ ਬਹੁਤ ਖਤਮ ਹੋ ਚੁੱਕੀ ਹਨ। ਲੋਕ ਜੜੀਆਂ ਬੂਟੀਆਂ ਵਾਤਾਵਰਨ ਬਣਾਉਂਦੇ, ਇਹ ਵਾਤਾਵਰਨ ਬਣਾਉਂਦੀਆਂ ਹਨ। ਇਸ ਵਾਤਾਵਰਨ ਨੂੰ ਸ਼ੁੱਧ ਰੱਖਣਾ ਹੈ, ਜੜੀਆਂ ਬੂਟੀਆਂ ਦਰਖਤਾਂ ਨੂੰ ਲਗਾਓ, ਇਹ ਵਾਤਾਵਰਨ ਸ਼ੁੱਧ ਹੋਵੇਗਾ, ਸਾਡਾ ਪਿੰਡ ਜਿਹੜਾ ਕਈ ਬਿਮਾਰੀ ਤੋਂ ਬਚ ਜਾਵੇਗਾ। ਇਹ ਦਰਖਤ ਨਜ਼ਾਰਾ ਜਿਹੜੀ ਬਿਮਾਰੀਆਂ ਅਸੀਂ ਬੱਚਿਆਂ ਨੂੰ ਦੇ ਰਹੇ ਹਾਂ ਉਸ ਤੋਂ ਮੁਕਤ ਹੋ ਸਕਦੇ ਹਾਂ। ਅਤੇ ਇਹ ਕੰਮ ਦੇ ਵਿੱਚ ਹਰ ਜਗ੍ਹਾ ਦੇ ਪੱਤੇ ਵੀ ਕੰਮ ਆਉਂਦੇ ਆ, ਫਲ ਵੀ ਕੰਮ ਆਉਂਦਾ, ਫੁੱਲ ਵੀ ਕੰਮ ਆਉਂਦਾ, ਫਲ ਪ੍ਰਾਪਤ ਮਿਲਦਾ। ਸਤਿਗੁਰੂ ਜਾਵੇ ਤਾਂ ਲੋਕਾਂ ਦਾ ਮੁਕਾਮ ਚੱਲਦਾ, ਇਹਦੇ ਪੱਤੇ ਵੀ ਪਾਲ ਦੇ ਪੱਤੇ ਵੀ ਇਹ ਚੀਜ਼ਾਂ ਨੂੰ ਪੱਤੇ ਮੁੱਲ ਮਿਲਦੇ, ਉਹਨੂੰ ਮੁੱਲ ਮਿਲਦੇ ਦਰਖਤਾਂ। ਇਹ ਦਰਖਤਾਂ ਦਾ ਪਿਆ ਗੁੜ, ਗੁੜ ਹਲ ਦਾ ਜਿਹੜਾ ਪੌਦਾ ਵਾ, ਗੁੜ ਹਲ, ਗੁੜ ਅਤੇ ਹਲ, ਗੁੜ ਦਾ ਹਲ ਕਰਨ ਵਾਲਾ, ਪੌਦੇ ਦਾ ਹਲ ਕਰਨ ਵਾਲਾ ਗੁੜਾ ਹੋਣਾ। ਮੈਂ ਕਈ ਵਾਰੀ ਗੁੜਾਂ ਦੇ ਪੱਤੇ ਦੇ ਪਕੌੜੇ ਵੀ ਬਣਵਾ, ਗੁੜ ਹਲ ਦੇ ਫੁੱਲ ਦੇ ਵਿੱਚ ਵਿਟਾਮਿਨ ਬੀ 12 ਬਹੁਤ ਜ਼ਿਆਦਾ, ਗੁੜ ਹਲ ਕਿੰਨੇ ਬੂਟੀਆਂ ਦੇ ਕਾਰ ਡੂੰਘਾ। ਮੈਂ ਕਈ ਬਿਮਾਰੀਆਂ ਵਿੱਚ ਵਰਤੀ ਹੈ, ਸੋਗ ਦੇ ਵਿੱਚ ਅਤੂਕ ਦਵਾਈ, ਇਹਦੇ ਜਿਹੜੇ ਗੋਲਾ ਹਨ ਇਹਦੇ ਨਾਲ ਨਾਲ ਪੱਤੇ ਹਨ, ਇਤਨੇ ਭਿਆਨਕ ਬਿਮਾਰੀ ਦੂਰ ਕਰਨ ਵਾਲੇ, ਭਿਆਨਕ ਬਿਮਾਰੀ ਇਹਦੇ ਗੋਹ ਨਾਲ, ਇਹਦੇ ਨਾਲ ਪੱਤੇ, ਇਹਦੇ ਦੂਸਰੇ ਪੱਤੇ, ਇਹਦਾ ਛਿੱਲੜ ਹੈ ਰਾਣੀ ਦੇ ਵਿੱਚ ਛਿੱਲੜ ਦਾ, ਸਾਡੇ ਸਿਆਸੀ ਮਹਾਂਪੁਰਖ ਕੱਪੜੇ ਨੂੰ ਲੱਗਦੇ ਸਨ। ਮੈਨੇ ਇਹਦੀ ਪਿੱਪਲ ਹੈ, ਬਰਗਨ ਹੈ, ਬਲੋਟਾ ਹੈ, ਇਹਦੇ ਗੋਹਾਂ ਬੱਚੇ ਦਾ ਜਿਹੜਾ ਦਿਮਾਗ ਖੁੱਲ੍ਹਾ ਹੋ ਜਾਂਦਾ, ਉਹਨੂੰ ਤੇਜ਼ ਕਰਨ ਲਈ ਇਹਦੇ ਗੋਹਾਂ ਬੇਟਾ ਪਤੰਗ ਹੋਣਾ। ਮੈਨੇ ਇਹ ਸਾਡੇ ਲਈ ਆਸ਼ੀਰਵਾਦ ਦੇ ਵੱਡੇ ਦੇਵਤੇ ਹਨ, ਸਾਨੂੰ ਆਸ਼ੀਰਵਾਦ ਦੇਣ ਦੇ ਕਿ ਸਾਡੇ ਅਧਿਆਤਮਿਕ ਖੇਤਰ ਅੰਦਰ ਵੀ ਧਰਮ ਗ੍ਰੰਥਾਂ ਦਾ ਵੀ ਉਤੋਂ ਪ੍ਰਤੀਕ ਹੈ ਅਤੇ ਵਿਗਿਆਨ ਨੇ ਵੀ ਸਾਨੂੰ ਕੀਤਾ। ਅੱਜ ਵਿਗਿਆਨ ਚਿੰਤਕ ਹੈ, ਜਿਤਨਾ ਮੈਂ ਹੱਥ ਤੁਸੀਂ ਹੱਸੋਂਗੇ, ਗੱਡੀਆਂ ਕਾਰਾਂ ਸਕੂਟਰ ਕਿਤਨੇ ਪਿੰਡਾਂ ਦਾ ਜਹਾਜ਼ ਪਿਆ ਹੈ, ਟਰੱਕ ਹਨ, ਤੇਲ ਨਾਲ ਚੱਲਦੇ ਹਨ। ਮੈਨੂੰ ਲੱਗਦਾ ਹੈ ਉਤਨਾ ਹੀ ਲੋਕ ਗੰਦੇ ਪਾਣੀ ਪੀਂਦੇ, ਜਿਤਨਾ ਇਹ ਤੇਲ ਕਿਤਨਾ ਤੇਲ ਦੇ ਖੰਜ ਨੇ ਜਿਹੜੀ ਬਾਹਰ ਨਿਕਲ ਗਈ ਹੈ ਉਹ ਸਾਡੇ ਅੰਦਰ ਹੀ ਜਾ ਰਹੀ ਹੈ। ਜਿਹੜੇ ਦਰੱਖਤ ਸ਼ਹਿਰ ਦੇ ਛੋਟੇ ਛੋਟੇ ਲੱਗੇ ਹੋਏ ਨੇ ਉਹ ਧੁਰਸੇ ਪਏ, ਜੇ ਧੁਰਸੇ ਪਏ ਨੇ ਅਸੀਂ ਕਿਵੇਂ ਤੰਦਰੁਸਤ ਹੋਵਾਂਗੇ। ਇਸ ਕਰਕੇ ਮੇਰੀ ਬੇਨਤੀ ਹੈ, ਹੱਥ ਖੜੇ ਕਰੋ,
ਜਿਹੜੇ ਜਿਹੜੇ ਤੇਰੇ ਲੱਗਣ ਗੁਰੀਆਂ ਦੇਖ ਲੈਣ, ਗੁਰੂ ਨੂੰ ਬੇਨਤੀ ਕਰਨ ਦੇ ਇਹਨੂੰ ਕਰਨਾ ਕਰਦਾ ਹੋਰ